अमृतसर के कानपुर इलाके दे विच उस वेले दहशत का माहौल पैदा हो गया जद मजदूरी करन पहुंचे नौजवान की शक्की हालत दे विच मौत हो गई। घरों राज मिस्त्री दे नाल दिहाड़ी लगाउण पहुंचे मजदूर दे वल्लों रोटी खाण तों बाद बैठे बैठे ही अपने प्राण त्याग दित्ते गए। फिलहाल पुलिस दे वल्लों लाश नूं कब्जे दे विच लै लिया गया है ते कलेरी जांच पड़ताल करनी शुरू कर दित्ती गई है। जिक्र योग है कि नौजवान की पहचान कुलदीप सिंह दे वजों हुई है। इस संबंधी कानपुर काले की पुलिस के वालों जानकारी देंदे हुए दसा गया है कि उन्होंने सूचना मिली थी, जिस तों बाद मौके उत्ते पहुंचे और हुण उन्होंने वालों लाश को कब्जे दे विच लै के जांच शुरू कर दी गई है। ब्यूरो रिपोर्ट अज दी आवाज। ਛਾੜਾ ਚੌਂਕ ਚ ਲੈ ਗਿਆ ਹਾਂ ਤੇ ਮਜ਼ਦੂਰ ਦੁਪਹਿਰੇ 1 ਵਜੇ ਰੋਟੀ ਖਾਣ ਗਏ ਤੇ ਇੱਕ ਮਜ਼ਦੂਰ ਜਿਹੜਾ ਆਪਣਾ ਨਾਮ ਕੁਲਦੀਪ ਸਿੰਘ ਦੱਸਦਾ ਸੀ ਉਹ ਪਹਿਲਾਂ ਆ ਗਿਆ 1:30 ਵਜੇ। ਉਹ ਆ ਕੇ ਬੈਠ ਗਿਆ ਵਾ ਤੇ ਉੱਥੇ ਬੈਠਾ ਸੀ ਤੇ ਉਹਨੇ ਉਹਨੂੰ 10 ਮਿੰਟ ਬਾਅਦ ਉਹਨੇ ਆਵਾਜ਼ ਮਾਰੀ ਆ ਤੇ ਉਹ ਹਿਲਿਆ ਨਹੀਂ, ਬੈਠੇ ਰਿਹਾ। ਮਗਰ ਉਹਨੇ ਹਿਲਾਇਆ ਤੇ ਉਹ ਪਿਛੇੜੇ ਪਿਆ ਤੇ ਉਹ ਪਹਿਲਾਂ ਉਹਨੇ ਡਾਕਟਰ ਨੂੰ ਉੱਥੋਂ ਲਾਗੋ ਲਿਆਂਦਾ ਤੇ ਡਾਕਟਰ ਨੇ ਕਿਹਾ ਤਾ ਵੀ ਇਹ ਡੈੱਡ ਹੋ ਗਿਆ। ਫਿਰ ਉਹ ਸਾਡੇ ਕੋਲ ਆਇਆ ਤੇ ਉਹਦੀ ਮੌਤ ਬਾਰੇ ਹੁਣ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਚੱਲੂਗਾ। 174 ਦੀ ਕਾਰਵਾਈ ਕਰ ਰਹੇ ਹਾਂ। ਨਸ਼ੇ ਦੀ ਵੀ ਗੱਲ ਸਾਹਮਣੇ ਆਈ ਹੈ? ਨਹੀਂ, ਇਹੋ ਜਿਹਾ ਤਾਂ ਹੁਣ ਸਾਨੂੰ ਨਹੀਂ ਉਹਦੇ ਬਾਰੇ ਕੋਈ ਪਤਾ ਲੱਗਾ। ਉਹ ਤਾਂ ਹੁਣ ਨਾ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੂ ਵੀ ਉਹਦੀ ਡੈੱਡ ਮੌਤ ਹੋਈ ਕਿੱਦਾਂ ਵਾ, ਕਿਸ ਜਗ੍ਹਾ ਤੋਂ ਮਿਲੀ ਹੈ ਡੈੱਡ? ਇਹ ਨਾ ਘਣੂਪੁਰਕ ਵਾਲੇ ਨਾ ਬਾਬਾ ਫਰੀਦ ਨਗਰ ਆ, ਬਲਵੰਤ ਸਿੰਘ ਦਾ ਹਵੇਲੀ, ਉਹ ਆਪਣੀ ਨਾ ਕਰ ਰਿਹਾ ਸੀ, ਕੁਛ ਚਾਰ ਦੁਆਰੀ ਕਰ ਰਿਹਾ ਸੀ। ਤੇ ਪਰਿਵਾਰਿਕ ਮੈਂਬਰਾਂ ਨੂੰ ਕਦੋਂ ਪਤਾ ਲੱਗਾ ਕਿ ਇਸ ਦੀ ਮੌਤ? ਇਹ ਨਾ ਕੱਲ ਤੇ ਨਹੀਂ ਸਾਨੂੰ ਲੱਭਿਆ ਨਹੀਂ ਸੀ, ਅੱਜ ਅਸੀਂ ਮੁੜ ਕੇ ਵੀ ਇਸ਼ਤਿਹਾਰ ਸ਼ੋਰ ਕੋਕਾ ਜਾਰੀ ਕਰਾਇਆ ਸੀ ਤੇ ਸਵੇਰੇ ਇਹਦੇ ਪਰਿਵਾਰ ਨੂੰ ਪਤਾ ਲੱਗ ਗਿਆ ਸੀ ਤੇ ਉਹ ਨਾ ਸਾਡੇ ਨਾਲ ਕੰਟੈਕਟ ਕੀਤਾ, ਪਰਿਵਾਰ ਨੇ ਸ਼ਨਾਖਤ ਕਰ ਲਈ ਆ ਤੇ ਪੋਸਟਮਾਰਟਮ ਕਰਾ ਕੇ ਤੇ ਲਾਜ ਪਾ। ਅੱਜ ਬੋਡੀ ਕਿਸ ਹਾਲਤ ਤੇ ਮਿਲੀ? ਬਿਲਕੁਲ ਸਹੀ ਸਲਾਮਤ ਸੀ ਬੋਡੀ। ਕੋਈ ਨਸ਼ੇ ਦਾ ਟੀਕਾ ਜਾਂ ਨਹੀਂ? ਇਹੋ ਜਿਹਾ ਤਾਂ ਕੁਝ ਨਹੀਂ, ਇਹੋ ਜਿਹਾ ਤਾਂ ਕੁਝ ਨਹੀਂ ਮਹਿਸੂਸ ਹੋਇਆ। ਤੇ ਉਹ ਜਿਹਦੇ ਵਾਲੇ ਕੰਮ ਕਰ ਰਿਹਾ ਸੀ ਤੇ ਉਹਨਾਂ ਤੁਹਾਨੂੰ ਜਾਣਕਾਰੀ ਦਿੱਤੀ ਤੇ ਪਰਿਵਾਰਿਕ ਮੈਂਬਰਾਂ ਨੂੰ ਤੁਹਾਡ੾ ਵੱਲੋਂ ਦੱਸਿਆ? ਮਤਲਬ ਉਹਨੂੰ ਪਤਾ ਹੀ ਨਹੀਂ, ਉਹ ਉਹਦੇ ਨਾਂ ਇਹਦੀ ਜੇਬ 'ਚੋਂ ਕੁਝ ਨਹੀਂ ਸੀ ਨਿਕਲਿਆ, ਨਾ ਇਹਦਾ ਕੋਈ ਕਾਰਡ, ਨਾ ਕੋਈ ਆਇਆ। ਅਸੀਂ ਕਾਫੀ ਕੋਸ਼ਿਸ਼ ਕੀਤੀ, ਉਹ ਇਹਨੇ ਸਿਰਫ ਆਪਣਾ ਨਾਂ ਕੁਲਦੀਪ ਸਿੰਘ ਉਹਨਾਂ ਨੂੰ ਦੱਸਿਆ ਸੀ ਮੈਂ ਕੁਲਦੀਪ ਸਿੰਘ ਛਾੜੇ ਰਹਿਣਾ। ਤੇ ਕੀ ਕਾਰਵਾਈ ਕੀਤੀ ਗਈ? 174 ਦੀ ਕਾਰਵਾਈ ਕੀਤੀ ਗਈ ਹੈ ਜੀ, ਜੋ ਵੀ ਹੁਣ ਪੋਸਟਮਾਰਟਮ ਕਰਵਾ ਕੇ ਲਾਸ਼ ਜਿਹੜੀ ਵਾਰਸਾਂ ਦੇ ਹਵਾਲੇ ਕੀਤੀ ਜਾ ਰਹੀ ਹੈ। ਜੋ ਵੀ ਵਜ੍ਹਾ ਮੌਤ ਦੀ ਹੋਊਗੀ ਉਹ ਬਾਅਦ ਇਸ ਤਰ੍ਹਾਂ।